ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੰਦ ਦੇਖ ਰਹੇ ਸਾਰੀਆਂ ਸੰਗਤਾਂ ਨੂੰ ਜੈ ਸਿੱਖ ਰਿਲੀਫ ਦਾ ਇਹ ਜੋ ਪ੍ਰੋਗਰਾਮ ਆਪਾਂ ਹਫ਼ਤਾਵਾਰੀ ਪ੍ਰੋਗਰਾਮ ਕਰਦੇ ਹਾਂ ਜਿਹਦੇ ਵਿੱਚ ਤੁਹਾਨੂੰ ਅਪਡੇਟ ਦਿੰਦੇ ਹਾਂ ਤੁਹਾਡੇ ਵੱਲੋਂ ਦਿੱਤੀ ਗਈ ਮਾਇਆ ਤੁਹਾਡੇ ਵੱਲੋਂ ਦਿੱਤੀ ਗਈ ਸੇਵਾ ਕਿਸ ਲੇਖੇ ਲੱਗ ਰਹੀ ਹੈ ਅਤੇ ਕੀ ਉਸ ਵਿੱਚ ਨਵੇਂ ਕੰਮ ਹੋਏ ਨੇ ਕੀ ਫਿਊਚਰ ਦੇ ਪਲੈਨ ਨੇ ਉਹਦੇ ਬਾਰੇ ਆਪਾਂ ਸਾਰਾ ਡਿਸਕਸ ਕਰਦੇ ਹਾਂ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਅਤੇ ਸਿੱਖ ਰਿਲੀਫ ਵੱਲੋਂ ਇਸ ਵੇਲੇ ਜੋ ਵੀ ਪ੍ਰੋਗਰਾਮ ਨੇ ਜੋ ਵੀ ਅਲੀਕੇ ਗਏ ਨੇ ਆਉਣ ਵਾਲੇ ਫਿਊਚਰ ਦੇ ਵਿੱਚ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਅਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਜੋ ਅੱਜ ਦੇ ਗੈਸਟ ਨੇ ਬਲਬੀਰ ਸਿੰਘ ਜੀ ਅਤੇ ਨਛੱਤਰ ਸਿੰਘ ਜੀ ਉਹਨਾਂ ਨਾਲ ਆਪਾਂ ਫਤਿਹ ਦੀ ਸਾਂਝ ਪਾਈਏ ਪਹਿਲਾਂ ਹਾਂਜੀ ਬਲਬੀਰ ਸਿੰਘ ਜੀ ਤੁਹਾਡੇ ਤੋਂ ਸ਼ੁਰੂ ਕਰ ਦਿੰਦਾ ਮੈਂ ਜੋ ਸਿੱਖ ਰਿਲੀਫ ਵੱਲੋਂ ਲਗਭਗ ਹੁਣ ਤੇ ਜੱਗ ਜਾਹਰ ਵੀ ਕਿੰਨਾ ਕੰਮ ਕੀਤਾ ਗਿਆ ਪਰ ਹੁਣ ਜੋ ਆ ਰਹੀ ਨਵੀਂ ਅਪਡੇਟ ਹੈ ਇਸ ਵੇਲੇ ਜੋ ਹਫ਼ਤੇ ਦੀ ਅਪਡੇਟ ਹੈ ਉਹਦੇ ਬਾਰੇ ਥੋੜ੍ਹਾ ਚਾਨਣਾ ਪਾਓ ਹਾਂਜੀ ਇਸ ਹਫ਼ਤੇ ਦੀ ਜੋ ਪਹਿਲੀ ਅਪਡੇਟ ਹੈਗੀ ਆ ਉਹ ਆਪ ਜੀ ਨੂੰ ਜਿਵੇਂ ਪਤਾ ਹੀ ਹੋਏਗਾ ਵੀ ਜੋ ਭਾਈ ਪਾਲ ਸਿੰਘ ਜੀ ਆਪਣੇ ਸੁੱਖ ਆਰਾਮ ਦੀ ਜ਼ਿੰਦਗੀ ਛੱਡ ਕੇ ਆਪਣੇ ਇੱਥੋਂ ਫਰਾਂਸ ਦੇ ਸਿਟੀਜ਼ਨ ਆ ਵੈਸੇ ਅਮੈਰੀਕਾ ਰਹਿੰਦੇ ਸੀਗੇ ਕੈਨੇਡਾ 'ਚ ਉਹਨਾਂ ਨੇ ਕਾਫ਼ੀ ਆਪਣਾ ਸਮਾਂ ਜਿਹੜਾ ਗੁਜ਼ਾਰਿਆ ਹੈਗਾ ਉਹ ਸਭ ਕੁਛ ਛੱਡ ਕੇ ਪੰਜਾਬ ਦੀ ਧਰਤੀ 'ਤੇ ਇੱਕ ਧਰਮ ਪ੍ਰਚਾਰ ਲਈ ਕਹਿ ਸਕੇ ਵੀ ਚਲੋ ਜਿਹੜੇ ਨਸ਼ੇ ਉੱਥੇ ਚੱਲ ਰਹੇ ਨੇ ਜਾਂ ਉੱਥੇ ਜਿਹੜੇ ਸਾਡੇ ਸਮਾਜਿਕ ਸਾਡੀਆਂ ਬੁਰਾਈਆਂ 'ਚ ਹਾਂਜੀ ਉਹ ਲਈ ਉਹ ਚਾਹੁੰਦੇ ਸੀਗੇ ਵੀ ਮੈਂ ਹੁਣ ਇਸ ਉਮਰ ਦੇ ਵਿੱਚ ਪੰਜਾਬ ਦੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਾਂ ਲੇਕਿਨ ਉਹਨਾਂ ਨੂੰ 2010 ਦੇ ਵਿੱਚ ਇੱਕ ਸ਼ਾਸ਼ ਦੇਣ ਫੜ ਲਿਆ ਗਿਆ ਨਾਲ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਸਿੰਘ ਫੜੇ ਗਏ ਖਾਸ ਕਰਕੇ ਮੱਖਣ ਸਿੰਘ ਗਿੱਲ ਆਪਣੇ ਗੁਰਮੁਖ ਸਿੰਘ ਜੀ ਅਤੇ ਇੱਕ ਸਿੰਘ ਭਾਈ ਕੁਲਵੰਤ ਸਿੰਘ ਹੁੰਦੇ ਸਨ ਉਹ ਹੁਣ ਚੜ੍ਹਾਈ ਕਰਕੇ ਸ਼ਹੀਦ ਹੋ ਗਏ ਨਾ ਸੋ ਇਹਨਾਂ ਨੂੰ ਉਹਨਾਂ ਨੇ ਫੜ ਕੇ ਅਤੇ ਇੱਕ ਜਾਣੀ ਕਿ ਬਹੁਤ ਗਲਤ ਕੇਸ ਹਥਿਆਰਾਂ ਦਾ ਪਾ ਦਿੱਤਾ ਗਿਆ ਉਹਨਾਂ 'ਤੇ ਅਤੇ 2010 17 ਸਤੰਬਰ 2010 ਨੂੰ ਉੱਥੇ ਦੀ ਅਦਾਲਤ ਨੇ ਇਹਨਾਂ ਨੂੰ ਸਾਰਿਆਂ ਨੂੰ ਇੱਕੋ ਜਿਹੀ ਸਜ਼ਾ 10-10 ਸਾਲ ਸੁਣਾਤੀ ਜਦਕਿ ਕਿਸਮ ਵਿੱਚ ਹੁੰਦਾ ਨਹੀਂ ਤਾਂ ਹਾਂਜੀ ਕਿਉਂਕਿ ਹਰੇਕ ਦਾ ਜੇ ਰੋਲ ਸ਼ੋ ਤੁਸੀਂ ਪ੍ਰੂਵ ਵੀ ਕਰਦੇ ਹਾਂ ਕਿਸੇ ਦਾ ਕੁਛ ਰੋਲ ਹੁੰਦਾ ਆ ਉਹਦੀ ਸਜ਼ਾ ਉਹਦੇ ਮੁਤਾਬਕ ਬਣਦੀ ਹੁੰਦੀ ਹੈ ਨਾ ਕਿ ਇੱਕ ਪਲੜੇ 'ਚ ਸਾਰਿਆਂ ਨੂੰ ਬੰਨ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸੋ ਇਹਨਾਂ ਦਾ 10-10 ਸਾਲ ਦੀ ਸਜ਼ਾ ਹੋਈ ਸੀਗੀ ਜਿਸ ਜਦੋਂ ਇਹਨਾਂ ਨੂੰ ਫੜਿਆ ਗਿਆ ਸੀ ਉਹਨਾਂ ਦੀ ਇੰਟੈਰੋਗੇਸ਼ਨ ਇੰਨੀ ਜ਼ਿਆਦਾ ਹੋਈ ਸੀ ਵੀ ਇੱਕ ਸਿੰਘ ਦੇ ਕੰਨ 'ਚ ਪੈਨਸਲਾਂ ਮਾਰ ਮਾਰ ਕੇ ਉਹਦੇ ਕੰਨ ਦੇ ਪਰਦੇ ਵੀ ਪਾੜ ਦਿੱਤੇ ਗਏ ਸਨ ਭਾਈ ਕੁਲਵੰਤ ਸਿੰਘ ਦੇ ਅਤੇ ਭਾਈ ਮੱਖਣ ਸਿੰਘ ਦੇ ਜਿਹੜੇ ਇਲੈਕਟ੍ਰਿਕ ਸ਼ੋਕ ਨੇ ਲਾਏ ਸੀਗੇ ਵੀ ਉਹ ਪੈਰਾਲਾਈਜ਼ ਹੋਣ ਤੋਂ ਮਸੀਂ ਬਚੇ ਸੀ ਉਹਨਾਂ ਦਾ ਇਲਾਜ ਵੀ ਅਸੀਂ ਹਸਪਤਾਲ ਵਿੱਚ ਕਰਵਾਇਆ ਸੀਗਾ ਪਰ ਸਭ ਤੋਂ ਮੰਦਭਾਗੀ ਘਟਨਾ ਉਦੋਂ ਵਾਪਰੀ ਕੁਛ ਸਾਲ ਪਹਿਲਾਂ ਜਦੋਂ ਇਹਨਾਂ ਦੇ ਸਾਥੀ ਭਾਈ ਕੁਲਵੰਤ ਸਿੰਘ ਜੋ ਇਹਨਾਂ ਦੇ ਨਾਲ ਅੰਮ੍ਰਿਤਸਰ ਜੇਲ੍ਹ ਦੇ ਸੈੱਲ ਦੇ ਵਿੱਚ ਇਕੱਠੇ ਹੀ ਰਹਿ ਰਹੇ ਸਨ ਹਾਂਜੀ ਅਤੇ ਉਹ ਸੁੱਤੇ ਪਏ ਸਨ ਦੁਪਹਿਰ ਦੇ ਸਮੇਂ ਵੇਲੇ ਅਤੇ ਉਹਨਾਂ ਨੂੰ ਪੈਟਰੋਲ ਲਾ ਕੇ ਅੱਗ ਲਾ ਦਿੱਤੀ ਗਈ ਸੈੱਲ ਦੇ ਵਿੱਚ ਅਤੇ ਉਹਨਾਂ ਨੂੰ ਉੱਥੇ ਸ਼ਹੀਦ ਕਰਤਾ ਗਿਆ ਮਾਫ ਕਰਨਾ ਮੈਂ ਤੁਹਾਨੂੰ ਰੋਕਣ ਲੱਗਾ ਵਿੱਚੋਂ ਤੁਹਾਡੀ ਅਪਡੇਟ ਪਰ ਇਹ ਆਪਣੇ ਕੰਟੈਕਸਟ ਤੋਂ ਬਾਹਰ ਵੀ ਹੈ ਪਰ ਜੋ ਇਸ ਸਮੇਂ ਇਹ ਹਾਲਾਤ ਨੇ ਜੇਲ੍ਹਾਂ ਦੇ ਵਿੱਚ ਇਹਦੇ ਉੱਤੇ ਹਿਊਮਨ ਰਾਈਟਸ ਦਾ ਕੀ ਇਸ ਵੇਲੇ ਸਟੇਟਸ ਹੈ ਇੰਡੀਆ ਦੇ ਵਿੱਚ ਕਿਉਂਕਿ ਚਲੋ ਠੀਕ ਹੈ ਆਪਾਂ ਮੰਨ ਲੈਂਦੇ ਹਾਂ ਇਹ ਇਸ ਵੇਲੇ ਇੰਡੀਆ ਦੇ ਵਿੱਚ ਆਪਾਂ ਆਸ ਨਹੀਂ ਕਰਦੇ ਪਰ ਫਿਰ ਵੀ 2016 ਚੱਲ ਰਿਹਾ ਕਿਤੇ ਨਾ ਕਿਤੇ ਇਨਸਾਨੀਅਤ ਇੰਨੀ ਤੇ ਨਹੀਂ ਮਰ ਚੁੱਕੀ ਹੋਊਗੀ ਕਿ ਆਹ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਅਤੇ ਕਿਸੇ ਨੂੰ ਕੋਈ ਜਵਾਬਦੇਹੀ ਹੈ ਨਹੀਂ ਦੇਖੋ ਹਿਊਮਨ ਰਾਈਟ ਦਾ ਜੋ ਬਾਹਰਲੀਆਂ ਹਿਊਮਨ ਰਾਈਟ ਸੰਸਥਾਵਾਂ ਨੇ ਜਿਵੇਂ ਐਮਨੈਸਟੀ ਇੰਟਰਨੈਸ਼ਨਲ ਹੋਈ ਹਿਊਮਨ ਰਾਈਟ ਇੰਟਰਨੈਸ਼ਨਲ ਜੋ ਵਾਕਈ ਜਨੂਨਲੀ ਕੰਮ ਕਰਦੀਆਂ ਨੇ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਕੰਮ ਕਰਨ ਦਾ ਅਲਾਊਡ ਨਹੀਂ ਹੈਗਾ ਉਹ ਇੰਟਰਫੇਰੈਂਸ ਨਹੀਂ ਕਰ ਸਕਦੇ ਇਹ ਲੀਗਲੀ ਗਵਰਨਮੈਂਟ ਦੇ ਤੌਰ ਤੇ ਜਾਂ ਵੈਸੀ ਅੜਚਣਾ ਪਈਆਂ ਨੇ ਅੜਚਣਾ ਸਮਝ ਲਓ ਵੀ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਕਿਉਂ ਜੇ ਹਿਊਮਨ ਰਾਈਟ ਬਾਹਰੋਂ ਦੀ ਕੋਈ ਕਈ ਦੇਸ਼ਾਂ ਦੀ ਆ ਇੰਡੀਆ ਇੱਕ ਉਹਨਾਂ 'ਚੋਂ ਇੱਕ ਦੇਸ਼ ਆ ਜੋ ਹਿਊਮਨ ਰਾਈਟ ਜਿਹੜੀ ਵੱਡੀਆਂ ਇੰਟਰਨੈਸ਼ਨਲ ਲੈਵਲ 'ਤੇ ਰੈਕਗਨਾਈਜ਼ ਬੋਡੀਜ਼ ਨੇ ਉਹਨਾਂ ਨੂੰ ਉੱਥੇ ਕੰਮ ਕਰਨ ਲਈ ਉਹ ਰੋਕਦੇ ਨੇ ਰੈੱਡ ਕ੍ਰੋਸ ਵੀ ਨਹੀਂ ਜਾ ਸਕਦੀ ਸੋ ਇਸ ਤਰ੍ਹਾਂ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਉਹਨਾਂ ਦਾ ਇਹ ਆਰਗੂਮੈਂਟ ਵੀ ਸਾਡੀ ਆਪਣੀ ਹਿਊਮਨ ਰਾਈਟ ਹੈ ਜੋ ਕਿ ਹਿਊਮਨ ਰਾਈਟ ਕਮਿਸ਼ਨ ਦਿੱਲੀ ਦੇ ਵਿੱਚ ਬੈਠਾ ਆ ਲੇਕਿਨ ਉਹਨਾਂ ਦਾ ਜੋ ਕੰਮ ਕਰਨ ਦਾ ਤਰੀਕਾ ਆ ਉਹ ਇੰਨਾ ਟਾਈਮ ਲਾ ਦਿੰਦੇ ਨੇ ਉਸ ਟਾਈਮ ਦੇ ਵਿੱਚ ਜਿਹੜਾ ਕੇਸ ਆ ਉਹ ਜੁਡੀਸ਼ਲ ਹੋ ਜਾਂਦਾ ਆ ਜਦੋਂ ਆਪਣੇ ਚੱਲ ਜਾਂਦਾ ਆ ਕੋਰਟ ਦੇ ਵਿੱਚ ਕੇਸ ਅਤੇ ਫਿਰ ਉਹ ਕਹਿ ਦਿੰਦੇ ਨੇ ਜੀ ਹੁਣ ਤਾਂ ਅਸੀਂ ਕੁਛ ਕਰ ਹੀ ਨਹੀਂ ਸਕਦੇ ਮੇਰੇ ਨਾਲ ਖੁਦ ਹੋਇਆ ਮੈਂ ਉਹਨਾਂ ਨੂੰ ਐਪਲੀਕੇਸ਼ਨ ਲਾਈ ਸੀ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀ ਲੇਕਿਨ ਉਹਨਾਂ ਨੇ ਜਿਹੜਾ 3 ਮਹੀਨੇ ਦਾ ਟਾਈਮ ਜਿਹਨਾਂ 'ਚ ਚਲਾਨ ਪੇਸ਼ ਹੋਣਾ ਹੁੰਦਾ ਆ ਉਹਨਾਂ ਨੇ ਉਹ ਨਗਾ ਦਿੱਤਾ ਅਤੇ ਅਖੀਰ 'ਤੇ ਮੈਨੂੰ ਇਹ ਜਵਾਬ ਦਿੱਤਾ ਜੀ ਹੁਣ ਅਸੀਂ ਕੁਛ ਨਹੀਂ ਕਰ ਸਕਦੇ ਹੁਣ ਜਦੋਂ ਕੇਸ ਖਤਮ ਹੋਏਗਾ ਉਹ ਤੋਂ ਬਾਅਦ ਅਸੀਂ ਦੇਖਾਂਗੇ ਜਿੱਦਾਂ ਜਿਹੜਾ ਕਿ ਕਹਿ ਦਿਓ 2-4-5-10 ਸਾਲ ਜਿੰਨਾ ਚਿਰ ਮਰਜ਼ੀ ਵੀ ਕੇਸ ਚੱਲਦਾ ਹੈਗਾ ਉਹਨਾਂ 'ਚ ਇਹਨੂੰ ਕੇਸ
ਜਿਹੜਾ ਹੈਗਾ ਉਹ ਆਪਣਾ ਟੋਲ ਲੈ ਲੈਂਦਾ ਹੈਗਾ ਹਾਂਜੀ ਨਛੱਤਰ ਸਿੰਘ ਜੀ ਮਾਫ ਕਰਨਾ ਤਾਂ ਚੱਲਦੇ ਆਪਣੇ ਪਹਿਲਾਂ ਮੈਂ ਤੁਹਾਡੇ ਵਿਊ ਲੈਣਾ ਜ਼ਰੂਰ ਚਾਹੂੰਗਾ ਕਿ ਜੋ ਆਹ ਜਿਹੜਾ ਸਿਸਟਮ ਲੀਕ ਕਿਹਾ ਗਿਆ ਹੈ ਕਿ ਇਹ ਤਾਨਾਸ਼ਾਹੀ ਨਹੀਂ ਇੱਥੇ ਆਪਾਂ ਡੈਮੋਕ੍ਰੇਸੀ ਕਿਸ ਹਿਸਾਬ ਨਾਲ ਕਹਿ ਸਕਦੇ ਹਾਂ ਜੇ ਕਿਸੇ ਵੀ ਸੰਸਥਾ ਨੂੰ ਰੋਕਿਆ ਜਾ ਰਿਹਾ ਕਿ ਸਾਡੇ ਕੋਲ ਆਪਣੀ ਹੈ ਤਾਂ ਉਹਦੇ ਤੋਂ ਉਹਦੇ ਬਾਵਜੂਦ ਇਹ ਸਾਰੇ ਕੇਸ ਹੋ ਰਹੇ ਨੇ ਤੇ ਕੋਈ ਜਵਾਬਦੇਹੀ ਨਹੀਂ ਕੀ ਇਹ ਤਾਨਾਸ਼ਾਹੀ ਨਹੀਂ ਡੈਮੋਕ੍ਰੇਸੀ ਪੇਪਰ ਸ਼ਾਇਦ ਹੋਏਗੀ ਲੇਕਿਨ ਪ੍ਰੈਕਟੀਕਲੀ ਜੇ ਦੇਖਿਆ ਜਾਵੇ ਤਾਂ ਨਹੀਂ ਹੈ ਸਾਡੀ ਕੋਈ ਕਿਸੇ ਦੀ ਮਤਲਬ ਸੇ ਨਹੀਂ ਖਾਸ ਕਰਕੇ ਸਿੱਖਾਂ ਦੀ ਮੈਂ ਕਹੂੰਗਾ ਜੀ ਕੋਈ ਸੇ ਨਹੀਂ ਉੱਥੇ ਕੇਸਾਂ ਦੇ ਵਿੱਚ ਜਦੋਂ ਤੁਸੀਂ ਅਪਲਾਈ ਵੀ ਕਰਦੇ ਹਾਂ ਉਹਨਾਂ ਲਈ ਪਰੋਲ ਲਈ ਵੀ ਹੋਰ ਵੀ ਜਿਹੜੇ ਪ੍ਰੋਸੀਜਰ ਹੁੰਦਾ ਕਿਸੇ ਇੰਨਾ ਸਲੋ ਸਿਸਟਮ ਹੈ ਕਿ ਪਿੱਛੇ ਪਰਿਵਾਰ ਇੰਤਜ਼ਾਰ ਕਰਦੇ ਹੁੰਦੇ ਆ ਵੀ ਸਾਨੂੰ ਕੋਈ ਇਨਸਾਫ ਮਿਲੇ ਜਿਹੜਾ ਵਿੱਚ ਜੇਲ੍ਹ ਦੇ ਉਹ ਵੀ ਇਹ ਚਾਹੁੰਦਾ ਲੇਕਿਨ ਇਹ ਇਹਨਾਂ ਦਾ ਕੁਛ ਕਹਿ ਨਹੀਂ ਸਕਦੇ ਵੀ ਕੀ ਆ ਇੰਨਾ ਦੁਖੀ ਕਰਦੇ ਇੰਨਾ ਤੰਗ ਕਰਦੇ ਆ ਬਈ ਕਿਸੇ ਪਾਸੇ ਕੇਸ ਨਿਕਲ ਨਹੀਂ ਦਿੰਦੇ ਕੋਈ ਜੀ 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 ਤੇ ਫਿਰ ਉਹਨੂੰ ਆਪਾਂ ਜਿੱਥੇ ਮਰਜ਼ੀ ਕਹੀਏ ਜੀ ਵੀ ਇੱਥੇ ਡੈਮੋਕ੍ਰੇਸੀ ਆ ਜੀ ਅਸੀਂ ਹਿਊਮਨ ਰਾਈਟਸ ਵਗੈਰਾ ਲੈ ਜਾਵਾਂਗੇ ਇਹ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ ਉਹ ਕੁਛ ਨਹੀਂ ਕਰ ਸਕਦੇ ਭਾਈ ਕੁਲਵੰਤ ਸਿੰਘ ਦੇ ਕੇਸ 'ਚ ਕਿਸ ਨੂੰ ਚਾਰਜ ਨਹੀਂ ਕੀਤਾ ਭਾਈ ਕੁਲਵੰਤ ਸਿੰਘ ਦੇ ਕੇਸ ਦੇ ਵਿੱਚ ਕੀ ਕੋਈ ਇਨਕੁਆਇਰੀ ਨਹੀਂ ਬੈਠੀ ਜੀ ਜਦਕਿ ਇੱਕ ਮਾਮੂਲੀ ਜਿਹੀ ਘਟਨਾ ਵੀ ਹੋ ਜਾਏ ਉੱਥੇ ਜੇਲ੍ਹ ਦੇ ਅੰਦਰ ਤੇ ਕਿਸੇ ਸੱਟ ਵੀ ਲਾ ਜਾਏ ਉਹਦੀ ਇਨਕੁਆਇਰੀ ਹੋਣੀ ਜ਼ਰੂਰੀ ਆ ਕੋਈ ਨਾ ਕੋਈ ਤਾਂ ਰਿਸਪੋਂਸੀਬਲ ਹੈ ਨਾ ਜੇ ਉਹਦੀ ਮੌਤ ਹੋਈ ਆ ਅੱਗ ਲੱਗੀ ਆ ਕਿਵੇਂ ਲੱਗੀ ਆਪਣੇ ਆਪ ਲੱਗ ਗਈ ਯਾਨੀ ਕਿ ਕੋਈ ਤਾਂ ਗੱਲ ਹੈ ਉਹ ਕਾਨੂੰਨ ਦਾ ਫਰਜ਼ ਬਣਦਾ ਆ ਲੋ ਉੱਥੇ ਦੀਆਂ ਅਥਾਰਟੀਆਂ ਦਾ ਫਰਜ਼ ਬਣਦਾ ਆ ਉਹਦੀ ਡੂੰਘਾਈ 'ਚ ਜਾ ਕੇ ਜੋ ਵੀ ਜ਼ਿੰਮੇਵਾਰ ਵਿਅਕਤੀ ਹਨ ਜਾਂ ਜੋ ਵੀ ਅਥਾਰਟੀਜ਼ ਹਨ ਉਹ ਜਵਾਬਦੇਹ ਹਨ ਜੀ ਲੇਕਿਨ ਕੋਈ ਸੁਣਵਾਈ ਨਹੀਂ ਕੋਈ ਉੱਥੇ ਕੇਸ ਨਹੀਂ ਪਾਇਆ ਗਿਆ ਬਸ ਦਫਾ ਦਫਾ ਕਰਕੇ ਤਾਂ ਉਹ ਅੱਜ ਤੱਕ ਜਿਹੜਾ ਕੇਸ ਹੈਗਾ ਸਮਾਂ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਵੀ ਤੁਸੀਂ ਇਹਦੀ ਕੋਈ ਅਪੀਲ ਨਹੀਂ ਪਾਉਣੀ ਜੇ ਤੁਸੀਂ ਪਾਓਗੇ ਤੁਹਾਨੂੰ ਵੀ ਇੱਦਾਂ ਇੰਦਰ ਕਰਕੇ ਤੁਹਾਡੇ ਨਾਲ ਵੀ ਇਹੀ ਹਾਲ ਕੀਤਾ ਜਾਏ ਯਾਨੀ ਕਿ ਪਰਿਵਾਰਾਂ ਨੂੰ ਵੀ ਇੱਦਾਂ ਡਰਾਇਆ ਧਮਕਾਇਆ ਜਾਂਦਾ ਆਸ ਕਰਦੇ ਹਾਂ ਵੀ ਇਹ ਸਿਚੁਏਸ਼ਨ ਥੋੜ੍ਹੀ ਜਿਹੀ ਬਿਹਤਰ ਹੋ ਜਾਣ ਵਾਲੇ ਸਮੇਂ 'ਚ ਤਾਂ ਕਿ ਆਪਣੇ ਹੋਰ ਸਿੰਘ ਇੱਦਾਂ ਨਾ ਮਰੇ ਜਾਣ ਅਗਲੀ ਅਪਡੇਟ ਹਾਂਜੀ ਇਹ ਹੁਣ ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ ਸੀ ਵੀ ਇਹ 3 ਸਾਲ ਪਹਿਲਾਂ ਇਸ ਕੇਸ ਬਾਬਤ ਅਸੀਂ ਇੱਕ ਅਪੀਲ ਪਾਈ ਸੀਗੀ ਜੀ ਵੀ ਜਿਹੜੀ ਸਜ਼ਾ ਹੋਈ ਆ ਨਜਾਇਜ਼ ਹੋਈ ਆ ਅਤੇ 3 ਸਾਲ ਲੱਗੇ ਇਸ ਸੁਣਵਾਈ ਦੀ ਸ਼ੁਰੂਆਤ ਹੋਣ ਨੂੰ ਜੋ ਕੱਲ੍ਹ ਸ਼ੁਰੂਆਤ ਹੋਈ ਆ ਇਹਦੀ ਕੱਲ੍ਹ ਹਾਈ ਕੋਰਟ ਨੇ ਸ਼ੁਰੂਆਤ ਕੀਤੀ ਆ ਸੁਣਵਾਈ ਦੀ ਅਤੇ ਸਾਨੂੰ ਉਮੀਦ ਆ ਵੀ ਹੋਰ ਕੁਛ ਹਫ਼ਤਾ 10 ਦਿਨ ਦੇ ਵਿੱਚ ਇਹਦੀ ਸੁਣਵਾਈ ਹੋ ਕੇ ਅਤੇ ਜੋ ਵੀ ਫੈਸਲਾ ਹੈਗਾ ਅਸੀਂ ਤਾਂ ਚੰਗੇ ਦੀ ਉਮੀਦ ਕਰਦੇ ਹਾਂ ਪਰ ਉੱਥੇ ਦਾ ਕੋਈ ਪਤਾ ਨਹੀਂ ਹੈ ਪਰ 3 ਸਾਲ ਤੋਂ ਬਾਅਦ ਇਹ ਕੇਸ ਦੀ ਸੁਣਵਾਈ ਹੋ ਰਹੀ ਆ ਜਦਕਿ ਉਹਨਾਂ ਨੂੰ 6 ਸਾਲ ਸਜ਼ਾ ਭੁਗਤਦਿਆਂ ਨੂੰ ਵੀ ਹੋ ਗਈ ਆ ਯਾਨੀ ਕਿ ਇਹ ਕਾਨੂੰਨ ਆ ਸੋ ਇਹ ਸੀ ਜੋ ਭਾਈ ਪਾਲ ਸਿੰਘ ਭਾਈ ਮੱਖਣ ਸਿੰਘ ਅਤੇ ਭਾਈ ਗੁਰਮੁਖ ਸਿੰਘ ਹੁਣਾਂ ਦੀ ਹਾਈ ਕੋਰਟ ਦੀ ਸੁਣਵਾਈ ਦੀ ਹਾਂਜੀ ਅਪਡੇਟ ਹਾਂਜੀ ਜੀ ਗੁਰਦੇਵ ਸਿੰਘ ਜੀ ਹੁਣਾਂ ਦੇ ਬਾਰੇ ਵੀ ਮੇਰੇ ਖਿਆਲ ਨਾਲ ਅਪਡੇਟ ਹੈ ਕੋਈ ਹਾਂਜੀ ਭਾਈ ਗੁਰਦੀਪ ਸਿੰਘ ਖਹਿਰਾ ਜੀ ਗੁਰਦੀਪ ਸਿੰਘ ਹਾਂਜੀ ਭਾਈ ਗੁਰਦੀਪ ਸਿੰਘ ਖਹਿਰਾ ਜੀ ਉਹ ਵੀ 42 ਦਿਨ ਲਈ ਆਪਣੇ ਪਰੋਲ 'ਤੇ ਆਏ ਹੋਏ ਨੇ ਅਤੇ ਉਹਨਾਂ ਦਾ ਵੀ ਜੋ ਅਸੀਂ ਕਰਦੇ ਹਾਂ ਅਤੇ ਖਾਸ ਕਰਕੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਬਜ਼ੁਰਗ ਉਮਰ ਦੇ ਵਿੱਚ ਹਨ ਅਤੇ ਤਕਰੀਬਨ ਦੋਨੋਂ ਹੀ ਆਪਣੇ ਜਿਹੜੇ ਆ ਉਹ ਹਾਰਟ ਦੇ ਮਰੀਜ਼ ਵੀ ਹਨ ਅਤੇ ਸ਼ੂਗਰ ਦੇ ਮਰੀਜ਼ ਵੀ ਹਨ ਦੋਨੋਂ ਉਹਨਾਂ ਦੇ ਮਾਤਾ ਬਜ਼ੁਰਗ ਨੇ ਸੋ ਉਹਨਾਂ ਦਾ ਜੋ ਹੈ ਵੀ ਉਹਨਾਂ ਦੀ ਪਰੋਲ 42 ਦਿਨ ਦੀ ਆ ਜੋ ਪਹਿਲੀ ਵਾਰੀ 42 ਦਿਨ ਦੀ ਮਿਲੀ ਅੱਗੇ ਤਾਂ ਉਹਨਾਂ ਨੂੰ ਥੋੜ੍ਹੇ ਦਿਨ ਦੀ ਮਿਲਦੀ ਹੁੰਦੀ ਹੈ ਸੋ ਐਤਕੀ ਉਹਨਾਂ ਨੂੰ 42 ਦਿਨ ਦੀ ਮਿਲੀ ਆ ਅਤੇ ਉਹਨਾਂ ਦੀ ਖਾਹਿਸ਼ ਹੈ ਵੀ ਮੈਨੂੰ ਜਿਹੜਾ ਉਹਨਾਂ ਦਾ ਘਰ ਆ ਕਾਫੀ ਪੁਰਾਣਾ ਆ ਅਤੇ ਉਹ ਲੀਕ ਵੀ ਕਰਦਾ ਆ ਅਤੇ ਗਿਰਨ ਵਾਲਾ ਵੀ ਕਹਿ ਲਓ ਕਿਸੇ ਹੱਦ ਤੱਕ ਉਹਨਾਂ ਦੀਆਂ ਛੱਤਾਂ ਜਿਹੜੀਆਂ ਕਮਜ਼ੋਰ ਨੇ ਸੇਫ ਨਹੀਂ ਹੈ ਸੇਫ ਨਹੀਂ ਹੈ ਉਹਨਾਂ ਲਈ ਸੋ ਚਾਹੁੰਦੇ ਨੇ ਆਪਾਂ ਅਗਲੇ ਪ੍ਰੋਗਰਾਮਾਂ 'ਚ ਉਹਨਾਂ ਦੀ ਘਰ ਦੀ ਹਾਲਾਤ ਵੀ ਦਿਖਾਵਾਂਗੇ ਅਕਾਲ ਚੈਨਲ 'ਤੇ ਅਤੇ ਉਹਨਾਂ ਦੀ ਇੰਟਰਵਿਊ ਵੀ ਮਾਂ ਪਿਓ ਦੀ ਉਹਨਾਂ ਦੀ ਵੀ ਆਪਾਂ ਇੰਟਰਵਿਊ ਲੈ ਕੇ ਆਵਾਂਗੇ ਸੋ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਹਰ ਸੈਟਰਡੇ ਜੋ ਪ੍ਰੋਗਰਾਮ ਹੁੰਦਾ ਅਕਾਲ ਚੈਨਲ 'ਤੇ ਜ਼ਰੂਰ ਦੇਖਿਆ ਕਰੋ ਉਹ ਅਤੇ ਇਹਦੇ ਨਾਲ ਹੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਉਹ ਵੀ ਪਰੋਲ 'ਤੇ ਆਏ ਹੋਏ ਹਨ ਅਤੇ ਉਹਨਾਂ ਨੂੰ ਵੀ 22 ਸਾਲ ਹੋ ਗਏ ਨੇ ਆਪਣੇ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਲੇਕਿਨ ਐਡੀ ਵੱਡੀ ਦੁਨੀਆ ਵੱਡੇ ਐਡੇ ਵੱਡੇ ਲੈਵਲ 'ਤੇ ਉਹਨਾਂ ਦੀ ਕੈਂਪੇਨ ਹੋਈ ਆ ਪਰ ਉਹਨਾਂ ਨੂੰ ਛੱਡਿਆ ਫੇਰ ਨਹੀਂ ਜਾ ਰਿਹਾ ਹੈਗਾ ਸਿਰਫ 21 ਦਿਨਾਂ ਦੀ ਪਰੋਲ ਦੇ ਕੇ ਅਤੇ ਫਿਰ ਦੁਬਾਰਾ ਉਹਨਾਂ ਨੂੰ ਜਾਣਾ ਪੈਣਾ ਹੈਗਾ ਬਿਲਕੁਲ ਜੀ ਸੋ ਭਾਈ ਸਾਹਿਬ ਨਛੱਤਰ ਸਿੰਘ ਜੀ ਜੋ ਇਹ ਸਿੰਘ ਅਤੇ ਪੈਰੋਲ 'ਤੇ ਚਲੋ ਕੁਛ ਦਿਨ ਆ ਜਾਂਦੇ ਆ ਪਰ ਜਿੱਥੇ 20-22 ਸਾਲ ਹੋ ਗਏ ਆ ਫੈਮਲੀਆਂ ਨੂੰ ਵਿਛੜੇ ਹੋਇਆਂ ਨੂੰ ਆਪਾਂ ਇਸ ਚੀਜ਼ ਨੂੰ ਇਮੈਜਿਨ ਕਰ ਸਕਦੇ ਹਾਂ ਕਿ ਅਜੇ ਗ੍ਰਸਤੀ ਹੁੰਦਿਆਂ ਘਰ ਦੇ ਵਿੱਚ ਉਹੀ ਕਮਾਉਣ ਵਾਲਾ ਹੁੰਦਾ ਉਹੀ ਜੇਲ੍ਹ 'ਚ ਬੈਠਾ ਫਾਈਨੈਂਸ਼ਲੀ ਉਹਨਾਂ ਨੂੰ ਕਿੰਨੀ ਕਮਜ਼ੋਰ ਦਿੱਕਤ ਆਉਂਦੀ ਹੈ ਕਿ ਜਿਹੜੇ ਪੈਸੇ ਦੇ ਪੈਰ ਤੇ ਲੋੜ ਹੈ ਬੱਚਿਆਂ ਦੀ ਪੜ੍ਹਾਈ ਬੱਚਿਆਂ ਦਾ ਯੂਨੀਫਾਰਮ ਹੋਰ ਖਰਚੇ ਕਈ ਵਾਰੀ ਬਜ਼ੁਰਗ ਬਿਮਾਰ ਹੋ ਜਾਂਦੇ ਫਿਕਰ ਦੇ ਵਿੱਚ
ਉਹਨਾਂ ਦਾ ਹੋਰ ਸਿਹਤ ਠੀਕ ਹੀ ਰਹਿਣੀ ਹੈ, ਆਪਾਂ ਦੱਸ ਸਕਦੇ ਹਾਂ, ਕਹਿ ਸਕਦੇ ਹਾਂ ਵੀ ਆਪਾਂ ਸਾਰੇ ਜਾਣੇ ਵੀ ਪੈਸੇ ਤੋਂ ਬਿਨਾਂ ਹਾਲਤ ਕਿੰਨੀ ਮੰਦੀ ਹੁੰਦੀ ਹੈ। ਹਾਂਜੀ, ਉਹ ਉਡੀਕਦੇ ਰਹਿੰਦੇ ਕਦੋਂ ਸਾਡਾ ਕੋਈ ਅਪੀਲ ਦਲੀਲ ਨਿਕਲੇ ਕਿਸੇ ਪਾਸੇ, ਅਸੀਂ ਵੀ ਸਾਡਾ ਕੋਈ ਪਤਾ ਲੱਗੇ ਵੀ ਸਾਨੂੰ ਕਦੋਂ ਕਮਾਈ ਕਰ, ਸਾਡਾ ਬੰਦਾ ਕਦੋਂ ਘਰ ਆਉਂਦਾ। ਲੇਕਿਨ ਉੱਥੇ ਤਾਂ ਤੁਹਾਨੂੰ ਪਤਾ ਹੈ ਵੀ ਅਤੇ ਹਾਲਤ ਜਿਹੜੀ ਉਹਨਾਂ ਦੀ ਪਿੱਛੇ ਪਰਿਵਾਰ ਦੀ ਹਾਲਤ ਹੁੰਦੀ, ਆਪਾਂ ਕਹਿ ਕੇ ਬੋਲ ਕੇ ਦੱਸ ਨਹੀਂ ਸਕਦੇ। ਜਿਹੜਾ ਉਸ ਹਾਲਤ ਦੇ ਵਿੱਚ ਹੋਵੇ ਉਹਨੂੰ ਪਤਾ ਹੁੰਦਾ। ਲੇਕਿਨ ਜੇ ਅਸੀਂ ਕਹੀਏ ਵੀ ਅਸੀਂ ਦੱਸ ਦਈਏ ਨਹੀਂ, ਪਰ ਫਿਰ ਵੀ ਆਪਣੀ ਇਸੇ ਸੰਗਤ ਦੀ ਸਪੋਰਟ ਦੇ ਨਾਲ ਉਹਨਾਂ ਦੀ ਮਦਦ ਕੀਤੀ ਜਾਂਦੀ ਪਿੱਛੇ ਜਿੰਨੀ ਵੀ ਅਸੀਂ ਹੋ ਸਕਦੀ ਅਸੀਂ ਕਰਦੇ। ਬਿਲਕੁਲ ਜੀ, ਜੋ ਪਰਿਵਾਰ ਦਾ ਜੀਅ ਵਿਛੜ ਜਾਂਦਾ, ਜੋ ਪਰਿਵਾਰ ਦਾ ਜੀਅ ਅੱਖੋਂ ਓਹਲੇ ਹੋ ਜਾਂਦਾ, ਉਹਦੀ ਜੋ ਵੀ ਇਸ ਵੇਲੇ ਸਿਚੁਏਸ਼ਨ ਆ ਉਹਦੇ ਆਪਾਂ ਬੈਟਰ ਫਾਈਨੈਂਸ਼ਲੀ ਕਰ ਸਕਦੇ ਹਾਂ, ਕਿਉਂਕਿ ਇਮੋਸ਼ਨਲੀ ਬਹੁਤ ਡਿਪੈਂਡ ਹੁੰਦੇ ਆ। ਉਹਦੇ ਬਾਰੇ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਪਰ ਫਾਈਨੈਂਸ਼ਲੀ ਆਪਣੀ ਜੋ ਕੋਸ਼ਿਸ਼ ਆ ਵੀ ਉਹਨਾਂ ਨੂੰ ਜ਼ਰੂਰ ਮਦਦ ਦਿੱਤੀ ਜਾਵੇ। ਅਤੇ ਉਹਦੇ ਲਈ ਮਦਦ ਕਰ ਲਈ ਤੁਸੀਂ ਵੀ ਸਕਰੀਨ ਉੱਤੇ ਜੋ ਆ ਰਹੇ ਨੇ ਨੰਬਰ, ਉਹਦੇ ਵਿੱਚ ਜੋ ਅਕਾਊਂਟ ਨੰਬਰ ਆ ਰਹੇ ਨੇ ਉਹਨਾਂ ਦੇ ਵਿੱਚ ਤੁਸੀਂ ਵੀ ਆਪਣਾ ਸਹਿਯੋਗ, ਬਣਦਾ ਸਹਿਯੋਗ ਜ਼ਰੂਰ ਪਾਓ। ਅਤੇ ਆਪਣੇ ਬਲਬੀਰ ਸਿੰਘ ਜੀ, ਜੋ ਪਰਿਵਾਰਾਂ ਦੀ ਇਸ ਵੇਲੇ ਮਦਦ ਕੀਤੀ ਜਾ ਰਹੀ, ਉਹਦੇ ਬਾਰੇ ਕੀ ਅਪਡੇਟ? ਹਾਂਜੀ, ਉਹ ਤੋਂ ਪਹਿਲਾਂ ਮੈਂ ਥੋੜ੍ਹੀ ਐਡ ਕਰਦਾ ਹਾਂ ਭਾਈ ਸਾਹਿਬ ਦੀ ਗੱਲ ਦੇ ਨਾਲ, ਵੀ ਜੋ ਭਾਈ ਹੋ ਸਕਦਾ ਕਈ ਸਾਡੇ ਸਰੋਤਿਆਂ ਨੂੰ ਨਾ ਪਤਾ ਹੋਵੇ ਇਸ ਜਾਣਕਾਰੀ ਦਾ। ਭਾਈ ਗੁਰਦੀਪ ਸਿੰਘ ਮੇਰੇ ਖਿਆਲ 22-23 ਸਾਲ ਦੇ ਸਨ ਜਦੋਂ ਉਹਨਾਂ ਦੀ ਅਰੈਸਟ ਹੋਈ ਹੈ, ਅਤੇ ਉਹਨਾਂ ਦਾ ਹਜੇ ਤੱਕ ਵਿਆਹ ਨਹੀਂ ਹੋਇਆ। 26 ਸਾਲ ਹੋ ਗਏ ਨੇ ਉਹਨਾਂ ਨੇ ਕਾਫ਼ੀ ਭਾਰਤੀਆਂ ਵੱਖ ਵੱਖ ਜੇਲ੍ਹਾਂ ਆਪਣਾ ਸਮਾਂ ਗੁਜ਼ਾਰਿਆ, ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚ, ਦਿੱਲੀ ਦੀ ਤਿਹਾੜ ਜੇਲ੍ਹ ਵਿੱਚ, ਫਿਰ ਦੁਬਾਰਾ ਬਿਦਰ ਦੇ ਜੇਲ੍ਹ ਦੇ ਵਿੱਚ ਗਏ ਨੇ, ਉਹ ਨਾਸਿਕ ਜੇਲ੍ਹ 'ਚ ਗਏ ਨੇ, ਅਤੇ ਹੁਣ ਉਹ ਅੰਮ੍ਰਿਤਸਰ ਦੇ। 26 ਸਾਲ ਹੋ ਗਏ ਨੇ। ਅਤੇ ਤੁਸੀਂ ਪੁੱਛਿਆ ਸਵਾਲ ਵੀ ਕੀ ਉਹਨਾਂ ਨਾਲ ਵਰਤਦਾ, ਜਾਣੀ ਕਿ ਦੇਖੋ ਹਾਲ ਅੱਜ ਵੀ ਉਹ 50 ਸਾਲ ਦੀ ਉਮਰ ਤੋਂ ਉੱਤੇ ਨੇ, ਕੋਈ ਅਨੰਦਕਾਰ ਨਹੀਂ। ਅਤੇ ਭਾਈ ਆਪਣੇ ਪ੍ਰੋਫੈਸਰ ਭੁੱਲਰ ਸਾਹਿਬ ਮੈਂ ਵੀ ਛੋਟੀ ਉਮਰ 'ਚ ਸੀਗੇ ਹਲੇ, ਅਤੇ ਉਹਨਾਂ ਦਾ ਹਲੇ ਕੁਛ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀਗਾ। ਅਤੇ ਉਹਨਾਂ ਦੇ ਦੇਖ ਲਓ ਉਹਨਾਂ ਦਾ ਵੀ ਪਰਿਵਾਰ ਦੀ ਦੁਰਦਸ਼ਾ ਕੀ, ਉਹਨਾਂ ਦੀ ਸਿੰਘਣੀ ਕੈਨੇਡੀਅਨ ਸਿਟੀਜ਼ਨ ਆ, ਅਤੇ ਹਰ 6 ਮਹੀਨਿਆਂ ਬਾਅਦ ਆਉਣਾ ਜਾਣਾ, ਅਪ ਐਂਡ ਡਾਊਨ, ਔਰ 22 ਸਾਲ ਦੀ ਸਖ਼ਤ ਘਾਲਣਾ, ਮਾਂ ਦੀ ਆਪਣੇ ਥਾਂ, ਘਰ ਵਾਲੀ ਦੀ ਆਪਣੇ ਥਾਂ, ਭੈਣ ਭਰਾਵਾਂ ਦੀ ਆਪਣੇ ਥਾਂ, ਇੱਕ ਬਹੁਤ ਵੱਡਾ ਸੰਘਰਸ਼ ਇੱਥੇ ਉਹ ਇੱਕ ਆਪਣਾ ਬੰਦੀ ਕਰਦਾ ਆ, ਮੈਂ ਸਮਝਦਾ ਪਰਿਵਾਰ ਉਹ ਤੋਂ ਜ਼ਿਆਦਾ ਸਫ਼ਰ ਕਰਦਾ ਆ। ਸੋ ਇਹ ਹਾਲਾਤ ਜਿਹੜੇ ਪਰਿਵਾਰਾਂ ਦੇ, ਮੈਂ ਸਮਝਦਾ ਵੀ ਅਸੀਂ ਉਹਨਾਂ ਦੀ ਕੋਈ ਕਹਿ ਨਹੀਂ ਸਕਦੇ ਵੀ ਉਹਨਾਂ ਦੀ ਲੰਬਾਈ ਚੜਾਈ ਡੈਥ ਜੀ ਆ, ਉਹਨਾਂ ਦੀ ਡੂੰਘਾਈ ਕਿੰਨੀ ਕੁ ਆ, ਉਹਨਾਂ ਦੇ ਦੁੱਖਾਂ ਦੀ ਉਹੀ ਜਾਣਦੇ ਨੇ ਜਾਂ ਸਤਿਗੁਰ ਜਾਣਦਾ। ਹਾਂਜੀ ਬਿਲਕੁਲ ਜੀ, ਸਮਾਂ ਹੋ ਗਿਆ ਵਾ ਇੱਕ ਨਿੱਕੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਗੱਲਬਾਤ ਕਰਦੇ ਹਾਂ ਵੀ ਹੋਰ ਕਿਹੜੇ ਕਿਹੜੇ ਪਰਿਵਾਰਾਂ ਦੀ ਜਾਂ ਹੋਰ ਜਿਹੜੇ ਵੀ ਪ੍ਰੋਜੈਕਟ ਸਿੱਖ ਰਿਲੀਫ ਵੱਲੋਂ ਉਲੀਕੇ ਗਏ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਮੁੜ ਕੇ ਦੁਬਾਰਾ ਸਵਾਗਤ ਹੈ। ਸਿੱਖ ਰਿਲੀਫ ਦੀ ਆਪਾਂ ਗੱਲਬਾਤ ਕਰ ਰਹੇ ਹਾਂ। ਸਿੱਖ ਰਿਲੀਫ ਵੱਲੋਂ ਜੋ ਜੋ ਪ੍ਰੋਜੈਕਟ ਇਸ ਹਫ਼ਤੇ ਦੇ ਵਿੱਚ ਜੋ ਜੋ ਅਪਡੇਟਸ ਆਈ ਨੇ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰ ਰਹੇ ਹਾਂ। ਤੁਸੀਂ ਵੇਖਿਆ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਆਪਾਂ ਗੱਲ ਕੀਤੀ, ਗੁਰਦੀਪ ਸਿੰਘ ਖਹਿਰਾ ਜੀ ਹੋਣਾ ਦੀ, ਉਹਨਾਂ ਦੇ ਜੋ ਫਿਊਚਰ ਦੇ ਵਿੱਚ ਜੋ ਪ੍ਰੋਜੈਕਟ ਹੈ ਉਹਨਾਂ ਦਾ ਘਰ ਬਣਾਉਣ ਦੀ, ਉਹਦੇ ਬਾਰੇ ਆਪਾਂ ਗੱਲਬਾਤ ਕੀਤੀ, ਅਤੇ ਪਾਲ ਸਿੰਘ ਹੋਣਾ ਬਾਰੇ ਆਪਾਂ ਗੱਲਬਾਤ ਕੀਤੀ। ਹੁਣ ਆਪਾਂ ਗੱਲ ਕਰਦੇ ਹਾਂ ਜੋ ਪਰਿਵਾਰ ਜਿਨ੍ਹਾਂ ਦੀ ਮਦਦ ਕੀਤੀ ਗਈ ਹੈ ਉਹਦੇ ਬਾਰੇ ਥੋੜ੍ਹੀ ਅਪਡੇਟ ਦੇ ਦਿਓ ਸਾਨੂੰ। ਹਾਂਜੀ, ਇਸੇ ਤਰ੍ਹਾਂ ਜਿਹੜੇ ਸਿੰਘ ਆਪਣੇ ਜੇਲ੍ਹਾਂ ਅੰਦਰ ਬੈਠੇ ਨੇ ਜਾਂ ਸ਼ਹੀਦ ਪਰਿਵਾਰਾਂ ਨੇ, ਉਹਨਾਂ ਦੀ ਆਪਾਂ ਹਰ ਹਫ਼ਤੇ ਜੋ ਤੁਹਾਡੇ ਤਾਂ ਲੈ ਕੇ ਅਪਡੇਟ ਆਉਂਦੇ ਹਾਂ, ਉਹ ਇਸ ਕਰਕੇ ਆ ਵੀ ਜਿਹੜੀ ਤੁਹਾਡੀ ਜਿਹੜਾ ਤੁਹਾਡਾ ਦਸਵੰਧ ਆ, ਤੁਹਾਡੀ ਸੇਵਾ ਜੋ ਤੁਸੀਂ ਦਿੰਦੇ ਹਾਂ, ਅਸੀਂ ਤੁਹਾਨੂੰ ਦੱਸ ਕੇ ਵੀ ਕਿੱਥੇ ਜਾਂਦੀ ਆ ਅਤੇ ਕਿਹੜੇ ਪਰਿਵਾਰ ਨੇ ਉਹ ਕਿੰਨੇ ਵੱਡੇ ਦੁੱਖ 'ਚ ਬੈਠੇ ਨੇ ਅਤੇ ਉਹਨਾਂ ਦੀ ਕਿਵੇਂ ਅਸੀਂ ਮਦਦ ਕਰਦੇ ਹਾਂ। ਸੋ ਇਸ ਹਫ਼ਤੇ ਹੀ ਜੋ ਤੁਹਾਡੀ ਮਦਦ ਆ, ਭਾਈ ਹਰਦਿਆਲ ਸਿੰਘ ਚਤਰਾ ਜੋ ਉਮਰ ਕੈਦ ਭੋਗ ਰਹੇ ਹਨ ਆਪਣੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ, ਉਹਨਾਂ ਦੇ ਦੋ ਬੱਚੇ ਵੀ ਹਨ, ਅਤੇ ਬੱਚਿਆਂ ਦੀ ਪੜ੍ਹਾਈ ਦੀ ਅਤੇ ਪਿੱਛੇ ਆਪਣੇ ਘਰ ਦੀ ਜੋ ਵੀ ਹੈ ਉਹਨਾਂ ਦੀ ਲੋੜਾਂ ਦੀ, ਉਹ ਇਸ ਹਫ਼ਤੇ ਉਹਨਾਂ ਨੂੰ ਮਦਦ ਦਿੱਤੀ ਗਈ ਹੈ ਤਾਂ ਜੋ ਪਰਿਵਾਰ ਘੱਟ ਤੋਂ ਘੱਟ, ਚਲੋ ਉਹਨਾਂ ਦਾ ਅਸੀਂ ਸਾਰਾ ਦੁੱਖ ਤਾਂ ਨਹੀਂ ਅਸੀਂ ਕਰ ਸਕਦੇ, ਕੁਝ ਦੁੱਖ ਦੇ ਵਿੱਚ ਅਸੀਂ ਕੋਈ ਸੇਵਾ ਜੇ ਆਪਾਂ ਕਰ ਸਕਦੇ ਹਾਂ ਸੰਗਤਾਂ ਦਿੱਤੀ ਹੋਈ, ਤਾਂ ਮੇਰੇ ਖਿਆਲ ਥੋੜ੍ਹੀ ਉਹਨਾਂ ਨੂੰ ਰਾਹਤ ਮਿਲ ਜਾਂਦੀ ਹੈ। ਸੋ ਭਾਈ ਹਰਦਿਆਲ ਸਿੰਘ ਚਤਰਾ ਜੋ ਅੰਮ੍ਰਿਤਸਰ ਜੇਲ੍ਹ 'ਚ, ਉਹਨਾਂ ਦੇ ਪਰਿਵਾਰ ਨੂੰ ਤੁਹਾਡੀ ਸੇਵਾ ਦਿੱਤੀ ਗਈ ਆ। ਇਹ ਤੋਂ ਇਲਾਵਾ ਜੋ ਭਾਈ ਗੁਰਮੁਖ ਸਿੰਘ ਹਨ ਜਿਹੜੇ ਅੱਜ ਨਾਭਾ ਜੇਲ੍ਹ 'ਚ ਹਨ, ਉਹਨਾਂ ਨੂੰ 6 ਸਾਲ ਹੋ ਗਏ ਨੇ ਪਿਛਲੇ, ਅਤੇ ਉਹਨਾਂ ਦੇ ਵੀ 2 ਬੱਚੇ ਨੇ, ਅਤੇ ਉਹਨਾਂ ਨੂੰ ਵੀ ਇਸ ਹਫ਼ਤੇ ਸਾਰੀ ਮਾਇਆ ਜਿਹੜੀ ਹੈਗੀ ਆ ਦਿੱਤੀ ਗਈ ਆ, ਤਾਂ ਜੋ ਉਹਨਾਂ ਦੇ ਖਾਸ ਕਰਕੇ ਉਹਨਾਂ ਦੇ ਸਕੂਲ ਦੀਆਂ ਫੀਸਾਂ ਸਨ ਅਤੇ ਬੱਚਿਆਂ ਦੇ ਕਿਤਾਬਾਂ ਕਤੂਬਾਂ ਜੋ ਵੀ ਲੈਣੀਆਂ ਹੁੰਦੀਆਂ ਉਹਨਾਂ ਨੇ, ਸੋ ਉਸ ਬਾਬਤ ਉਹਨਾਂ ਨੂੰ ਵੀ ਪਰਿਵਾਰ ਨੂੰ ਵੀ ਮਾਇਆ ਦਿੱਤੀ ਗਈ ਆ। ਇਸੇ ਤਰ੍ਹਾਂ ਭਾਈ ਬਲਵਿੰਦਰ ਸਿੰਘ ਜੋ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਕਾਫ਼ੀ ਸਮਾਂ ਪਹਿਲਾਂ ਉਮਰ ਕੈਦ ਹੋਈ ਸੀਗੀ,
ਵਿੱਚ ਉਹਨਾਂ ਦੀ ਬੇਲ ਹੋ ਗਈ ਸੀਗੀ ਲੇਕਿਨ ਉਹਨਾਂ ਦੁਬਾਰਾ ਜੇਲ੍ਹ ਜਾਣਾ ਪਿਆ ਹੁਣ ਉਹਨਾਂ ਨੇ ਅਪੀਲ ਪਾਈ ਆ ਅਸੀਂ ਅਪੀਲ ਪਾਈ ਆ ਸਿੱਖ ਲੀਗ ਵੱਲੋਂ ਵੀ ਉਹਨਾਂ ਨੂੰ ਜਿਹੜੀ ਉਮਰ ਕੈਦ ਦੀ ਜਿਹੜੀ ਉਹਨਾਂ ਨੂੰ ਘੱਟ ਕੀਤੀ ਜਾਵੇ ਕਿਉਂਕਿ ਉਹ ਇਹ ਸਮਝਦੇ ਆ ਵੀ ਕੇਸ ਜਿਹੜਾ ਨਜਾਇਜ਼ ਪਾਇਆ ਗਿਆ ਉਹਨਾਂ 'ਤੇ ਅਤੇ ਉਹਨਾਂ ਦੇ ਵੀ ਬੱਚੇ ਹਨ ਛੋਟੇ ਅਤੇ ਉਹ ਪਰਿਵਾਰ ਨੂੰ ਵੀ ਜਿਹੜੀ ਆ ਸਿੱਖ ਲੀਗ ਵੱਲੋਂ ਇਸ ਹਫ਼ਤੇ ਮਾਇਆ ਦੀ ਜਿਹੜੀ ਆ ਸੇਵਾ ਦਿੱਤੀ ਗਈ ਆ ਜੋ ਸੰਗਤਾਂ ਦਿੰਦੀਆਂ ਹਨ ਤੋ ਇਹ ਪਰਿਵਾਰ ਇਵੇਂ ਅਸੀਂ ਹੋਰ ਬਹੁਤ ਸਾਰੇ ਪਰਿਵਾਰ ਹਨ ਜਿਹੜੇ ਅਸੀਂ ਦੇਖਦੇ ਹਾਂ ਜਿਨ੍ਹਾਂ ਦੇ ਮਾਂ ਪਿਓ ਬਿਮਾਰ ਹੁੰਦੇ ਹਨ ਜਿਨ੍ਹਾਂ ਦੇ ਬੱਚੇ ਪੜ੍ਹਾਈ ਕਰਦੇ ਹਨ ਜਾਂ ਜਿਨ੍ਹਾਂ ਦੇ ਘਰੇਲੂ ਆਮ ਲੋੜਾਂ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਦੇਖਦੇ ਹਾਂ ਤਾਂ ਉਹਨੂੰ ਉਹ ਫਿਰ ਜਦੋਂ ਸਾਨੂੰ ਕੰਟੈਕਟ ਵੀ ਕਰਦੇ ਆ ਜਾਂ ਸਾਡੇ ਸੇਵਾਦਾਰ ਜੋ ਜਾਂਦੇ ਆ ਮਾਫ਼ ਕਰਨਾ ਇਹ ਕੰਟੈਕਟ ਪਰਿਵਾਰ ਖੁਦ ਕਰਦੇ ਹੁੰਦੇ ਤੁਹਾਡੇ ਨਾਲ ਜਾਂ ਤੁਸੀਂ ਆਪ ਵੀ ਕਦੇ ਜਾਂਦੇ ਹੁੰਦੇ ਵੀ ਜਦੋਂ ਤੁਹਾਨੂੰ ਇਨਫੋਰਮੇਸ਼ਨ ਮਿਲੇ ਵੀ ਆਹ ਸਿੰਘ ਵੀ ਹੈ ਜਿਹਦੇ ਬਾਰੇ ਇਨਫੋਰਮੇਸ਼ਨ ਕਦੇ ਕਿਸੇ ਵੱਲੋਂ ਦਿੱਤੀ ਨਹੀਂ ਗਈ ਇਹੋ ਜਿਹੀ ਇਨਫੋਰਮੇਸ਼ਨ ਲੈ ਕੇ ਤੁਸੀਂ ਵੀ ਖੁਦ ਵੀ ਜਾਂਦੇ ਉੱਥੇ ਬਿਲਕੁਲ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀਰ ਜੀ ਵੀ ਸਾਡੀ ਰੂਟੀਨ 'ਚ ਇੱਕ ਅਸੀਂ ਪਰਿਵਾਰਾਂ ਦੇ ਉਹਨਾਂ ਦੇ ਘਰ ਗੇੜਾ ਮਾਰਨਾ ਹੀ ਹੁੰਦਾ ਆ ਲੇਕਿਨ ਪਰਿਵਾਰਾਂ ਕੋਲ ਵੀ ਸਾਡੇ ਨੰਬਰ ਹਨ UK ਦੇ ਵੀ ਨੰਬਰ ਹਨ ਅਤੇ ਉੱਥੇ ਪੰਜਾਬ 'ਚ ਵੀ ਉਹ ਸਾਡੀ ਸੇਵਾ ਕਰਦੇ ਹਨ ਜੇ ਉਹਨਾਂ ਨੂੰ ਕੋਈ ਐਮਰਜੈਂਸੀ ਲੋੜ ਪੈ ਜਾਂਦੀ ਆ ਕਿਸੇ ਵੀ ਟਾਈਪ ਦੀ ਉਹ ਫਿਰ ਸਾਨੂੰ ਸੇਵਾ ਲਈ ਬੇਨਤੀ ਕਰਦੇ ਆ ਵੀ ਸਾਡੇ ਬੱਚੇ ਦੀ ਫੀਸ ਦੇਣ ਵਾਲੀ ਆ ਜਾਂ ਸਾਡੇ ਘਰ ਦੇ ਵਿੱਚ ਕੋਈ ਬਿਮਾਰ ਹੋ ਗਿਆ ਹੈ ਜਾਂ ਸਾਨੂੰ ਘਰੇਲੂ ਕੋਈ ਚੀਜ਼ ਦੀ ਲੋੜ ਆ ਉਹ ਫਿਰ ਉਸ ਮੁਤਾਬਕ ਅਸੀਂ ਉਹਨਾਂ ਨੂੰ ਪ੍ਰਾਇਓਰਟੀ ਤੌਰ 'ਤੇ ਉਹ ਸੇਵਾ ਕਰ ਦਿੰਦੇ ਹਾਂ ਕਈ ਵਾਰੀ ਵਕੀਲਾਂ ਦੇ ਫੀਸਾਂ ਆ ਜਾਂਦੀਆਂ ਹਨ ਜੋ ਸਾਨੂੰ ਨਹੀਂ ਪਤਾ ਹੁੰਦਾ ਪਰਿਵਾਰ ਸਾਨੂੰ ਦੱਸ ਦਿੰਦੇ ਵੀ ਹੁਣ ਵਕੀਲ ਪੈਸੇ ਮੰਗ ਰਿਹਾ ਆ ਉਹ ਕਹਿ ਰਿਹਾ ਵੀ ਮੈਂ ਜਾਣਾ ਹੀ ਤਾਂ ਆ ਜੇ ਤੁਸੀਂ ਮੈਨੂੰ ਪੈਸੇ ਪਹਿਲਾਂ ਲਿਆ ਕੇ ਦਿਓਗੇ ਹਾਂਜੀ ਸੋ ਪ੍ਰਾਇਓਰਟਾਈਜ਼ ਕਰਨ ਪਹਿਲ ਦੇ ਤੌਰ 'ਤੇ ਕਈ ਵਾਰੀ ਕੇਸ ਸਾਨੂੰ ਇਹ ਦੇਖਣੇ ਪੈਂਦੇ ਆ ਪਰ ਰੂਟੀਨ ਦੇ ਵਿੱਚ ਵੀ ਸਾਡੀ ਜਿਹੜੀ ਟੀਮ ਆ ਉਹਨਾਂ ਨੂੰ ਅਸੀਂ ਕਿਹਾ ਆ ਵੀ ਤੁਸੀਂ ਗੇੜਾ ਮਾਰਦੇ ਰਹੋ ਉਹਨਾਂ ਦੋ ਕੰਮ ਹੁੰਦੇ ਨੇ ਇੱਕ ਤਾਂ ਪਰਿਵਾਰ ਦੇ ਹਾਲਾਤਾਂ ਦਾ ਪਤਾ ਚੱਲਦਾ ਰਹਿੰਦਾ ਹੈ ਦੂਸਰਾ ਪਰਿਵਾਰਾਂ ਨੂੰ ਜਾਣੀ ਕਿ ਇੱਕ ਵਿਸ਼ਵਾਸ ਰੱਖਣਾ ਮੋਰਲ ਸਪੋਰਟ ਬਹੁਤ ਜ਼ਰੂਰੀ ਹੁੰਦੀ ਆ ਵੀ ਹਾਂ ਸਾਡੇ ਪਿੱਛੇ ਵੀ ਕੋਈ ਹੈ ਸਾਨੂੰ ਵੀ ਕੋਈ ਪੁੱਛਗਿੱਛ ਕਰਨ ਵਾਲਾ ਹੈ ਸਾਡੇ ਨਾਲ ਵੀ ਕੋਈ ਦੁੱਖ ਸੁੱਖ ਕਰਨ ਵਾਲਾ ਹਾਂਜੀ ਇਹ ਬਹੁਤ ਜ਼ਰੂਰੀ ਹੁੰਦਾ ਇਕੱਲੀ ਮਾਇਆ ਦੀ ਗੱਲ ਨਹੀਂ ਹੁੰਦੀ ਇਹ ਅਹਿਸਾਸ ਕਰਾਉਣਾ ਵੀ ਕੌਮ ਤੁਹਾਡੇ ਨਾਲ ਆ ਹਰ ਤਰ੍ਹਾਂ ਤੁਹਾਡੇ ਨਾਲ ਆ ਇਹ ਬਹੁਤ ਵੱਡਾ ਮੈਂ ਸਮਝਦਾ ਵੀ ਉਹ ਪਰਿਵਾਰਾਂ ਲਈ ਇੱਕ ਆਸਰਾ ਹੁੰਦਾ ਆ ਸੋ ਇਸ ਤਰੀਕੇ ਨਾਲ ਅਸੀਂ ਆਪਣੀ ਟੀਮਾਂ ਨੂੰ ਕਿਹਾ ਵੀ ਤੁਸੀਂ ਉਹਨਾਂ ਨਾਲ ਬਹੁਤ ਬਹੁਤ ਤਰੀਕੇ ਨਾਲ ਉਹਨਾਂ ਨਾਲ ਸੋਹਣੇ ਤਰੀਕੇ ਨਾਲ ਉਹਨਾਂ ਨਾਲ ਡੀਲ ਕਰਨਾ ਆ ਜੇ ਕਿਤੇ ਗੁੱਸੇ 'ਚ ਵੀ ਜਾਂ ਕੌੜਾ ਵੀ ਬੋਲ ਜਾਣ ਆਪਣਾ ਧਰਮ ਆ ਆਪਾਂ ਸੇਵਾ 'ਚ ਹਾਂ ਆਪਾਂ ਚਰਨਾ ਆ ਹਾਂਜੀ ਬਿਲਕੁਲ ਕਿਉਂਕਿ ਉਹ ਇੱਕ ਦੁਖਾਂ 'ਚੋਂ ਲੰਘ ਰਹੇ ਹੁੰਦੇ ਨੇ ਅਤੇ ਕਈ ਵਾਰੀ ਉਹਨਾਂ ਦੀ ਗੱਲ ਕੋਈ ਕਿਸੇ ਹੋਰ ਪਰਥਾਈ ਹੁੰਦੀ ਆ ਗੁੱਸਾ ਨਿਕਲਦਾ ਆਪਣੇ 'ਤੇ ਹੁੰਦਾ ਲੇਕਿਨ ਆਪਾਂ ਨਿਮਰਤਾ 'ਚ ਰਹਿਣਾ ਹੈਗਾ ਸੋ ਇੱਦਾਂ ਇੱਕ ਘਰ ਪਰਿਵਾਰ ਵਿੱਚ ਵੀ ਜੇ ਕੋਈ ਜੀ ਜਾਂ ਕੋਈ ਵੱਡਾ ਆਪਾਂ ਨੂੰ ਕਹਿ ਵੀ ਦੇਵੇ ਹਾਂਜੀ ਉਹ ਸੁਣ ਲੈਣੀ ਚਾਹੀਦੀ ਹੈ ਬਿਲਕੁਲ ਸੇਵਾ ਤਾਂ ਹੈ ਹੀ ਇਸ ਭਾਵਨਾ ਨਾਲ ਹੁੰਦੀ ਆ ਨਿਮਰਤਾ 'ਚ ਰਹਿ ਕੇ ਹੁੰਦੀ ਹੈ ਮੈਂ ਨਿਮਾਣੇ ਬਣ ਕੇ ਹੁੰਦੀ ਆ ਜੇ ਉੱਥੇ ਤੁਸੀਂ ਆਕੜ ਕਰੋਗੇ ਅਸੀਂ ਤੁਹਾਨੂੰ ਪੈਸੇ ਦਿੰਦੇ ਹਾਂ ਉੱਥੋਂ ਸਾਨੂੰ ਤੁਸੀਂ ਇੰਨੀਆਂ ਗੱਲਾਂ ਸੁਣਾਉਂਦੇ ਹਾਂ ਇਹ ਫਿਰ ਸੇਵਾ ਨਹੀਂ ਰਹਿੰਦੀ ਇਹ ਫਿਰ ਹੋਰ ਕੁਛ ਬਣ ਜਾਂਦਾ ਸੋ ਸੰਗਤ ਦੇ ਜੋ ਪੈਸੇ ਹਨ ਜੋ ਸਾਨੂੰ ਦਸਵੰਧ ਦਿੰਦੇ ਹਨ ਇਹ ਪਰਿਵਾਰਾਂ 'ਚ ਜਾਂਦੇ ਆ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਈ ਜਿਹੜੇ ਕਿ ਉਹ ਜੇ ਉਹ ਕਮਾਉਣ ਵਾਲਾ ਅੰਦਰ ਬੈਠਾ ਆ ਅਤੇ ਜੇ ਉਹ ਅੱਜ ਅਸੀਂ ਉਹ ਕਰਦੇ ਹਾਂ ਅਤੇ ਉਹ ਕਮ ਸੇ ਕਮ ਬੱਚਾ ਆਪਣੀ ਪ੍ਰੋਗਰੈਸ ਆਪਣਾ ਫਿਊਚਰ ਸੋਹਣਾ ਬਣਾ ਸਕਦਾ ਬਿਲਕੁਲ ਜੀ ਪਰ ਪ੍ਰੋਬਲਮ ਆਮ ਤੌਰ 'ਤੇ ਵੀ ਹੁੰਦੀ ਹੈ ਵੀ ਨਛੱਤਰ ਸਿੰਘ ਜੀ ਕਈ ਵਾਰੀ ਕੀ ਹੁੰਦਾ ਵੀ ਜੇ ਬਜ਼ੁਰਗ ਮਾਤਾ ਪਿਤਾ ਉਹਨਾਂ ਦਾ ਬੱਚਾ ਇੱਦਾਂ ਨਜਾਇਜ਼ ਆਪਣਾ ਕੋਈ ਸਿੱਖ ਭਰਾ ਨਜਾਇਜ਼ ਉਹਨਾਂ ਨੇ ਅੰਦਰ ਦਿੱਤਾ ਹੋਇਆ ਉਹਨਾਂ ਨੂੰ ਲੈ ਗਏ ਜੇਲ੍ਹ ਦੇ ਵਿੱਚ ਤਾਂ ਬਜ਼ੁਰਗ ਉਮਰ ਆ ਚਲੋ ਜ਼ਿੰਦਗੀ ਕੱਟ ਗਈ ਲਗਭਗ ਵੀ ਥੋੜ੍ਹੀ ਬਹੁਤੀ ਰਹਿ ਗਈ ਹੈ ਠੀਕ ਆ ਇਮੋਸ਼ਨਲੀ ਆਪਾਂ ਹੁੰਦੇ ਪਰ ਜਿੱਥੇ ਬੱਚੇ ਦੀ ਗੱਲ ਆਉਂਦੀ ਆ ਆਮ ਤੌਰ 'ਤੇ ਇੱਦਾਂ ਹੁੰਦਾ ਵੀ ਬੱਚਾ ਜੇ ਸਾਲ ਜਾਂ 6 ਮਹੀਨਿਆਂ ਦਾ ਹੁੰਦਾ ਤੇ ਪਿਓ ਨੂੰ ਲੈ ਜਾਂਦੇ ਆ ਤੇ ਉਹਦੇ ਤੋਂ ਬਾਅਦ 'ਚ ਕਦੇ ਬੱਚੇ ਨੇ ਆਪਣੇ ਪਿਓ ਦੀ ਸ਼ਕਲ ਤੱਕ ਨਹੀਂ ਦੇਖੀ ਹੁੰਦੀ ਤੇ 20-20 ਸਾਲ 25-25 ਸਾਲ ਅੰਦਰ ਉਹਨਾਂ ਨੂੰ ਦਿੱਤਾ ਹੋਇਆ ਤੇ ਇੱਕ ਹਿਸਾਬ ਦਾ ਮਾਫ਼ ਕਰਨਾ ਸ਼ਾਇਦ ਲਫ਼ਜ਼ ਬਹੁਤ ਗਲਤ ਮੈਂ ਯੂਜ਼ ਕਰਨ ਜਾ ਰਿਹਾ ਪਰ ਜਿੱਦਾਂ ਪਿਓ ਦਾ ਸਾਇਆ ਹੀ ਨਹੀਂ ਹੁੰਦਾ ਸਿਰ ਦੇ ਉੱਤੇ ਇਹੋ ਜਿਹਾ ਮਹਿਸੂਸ ਹੁੰਦਾ ਵੀ ਇਸ ਸਿਚੁਏਸ਼ਨ ਵਿੱਚ ਇਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਦੇਖੋ ਆਪਾਂ ਹੁਣ ਇਸ ਚੀਜ਼ ਨੂੰ ਸਾਰੇ ਸਮਝ ਸਕਦੇ ਹਾਂ ਕਿ ਮਾਂ ਬਾਪ ਦਾ ਸਾਇਆ ਬੱਚਿਆਂ 'ਤੇ ਬਿਲਕੁਲ ਜ਼ਰੂਰੀ ਹੈ ਹਾਂਜੀ ਜਿਹੜਾ ਵੀ ਜਾਂ ਬਾਪ ਜਾਂ ਮਦਰ ਵਿੱਚੋਂ ਨਹੀਂ ਹੁੰਦੇ ਤਾਂ ਉਹ ਬੱਚੇ ਦਾ ਮਨ ਹੀ ਪੁੱਛਿਆ ਜਾਂਦਾ ਉਹ ਤਾਂ ਜਿਹਨਾਂ ਨਾਲ ਬੀਤੀ ਆ ਉਹਨਾਂ ਨੂੰ ਪਤਾ ਉਹ ਆਪ ਵੀ ਖੁਦ ਐਸੀ ਕਿਸਮ ਕਿਸਮ 'ਚ ਹੁੰਦੇ ਆ ਵੀ ਸਾਡੇ ਨਾਲ ਇੱਦਾਂ ਕਿਉਂ ਹੋਈ ਹਾਂਜੀ ਤਾਂ ਫਿਰ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਸਾਡਾ ਕਸੂਰ ਕੀ ਹੈ ਜੀ ਤੇ ਬਾਕੀ ਬਾਹਰ ਜਿਹੜੇ ਪਬਲਿਕ ਦੇ ਤਾਨੇ ਹੁੰਦੇ ਵੀ ਤੇਰੇ ਵੇ ਨੇ ਇਦਾਂ ਕੀਤਾ ਉਹ ਅੱਤਵਾਦੀ ਫਲਾਨਾ ਤੇ ਇਹ ਜਿਹੜੇ ਚਾਹ ਹੁੰਦਾ ਜੀ ਸਾਡਾ ਸਾਨੂੰ ਬੱਚੇ ਦੱਸਦੇ ਨੇ ਜਦੋਂ ਸਾਡੀ ਮੈਂ ਵੀ ਜਦੋਂ ਅਸੀਂ ਕਲਾਸ 'ਚ ਜਾਂਦੇ ਹਾਂ ਸਾਨੂੰ ਇੱਕ ਅੱਤਵਾਦੀਆਂ ਦੇ ਬੱਚੇ ਸਮਝ ਕੇ ਜਾਣ ਕੇ ਨਜ਼ਰੀਏ ਨਾਲ ਦੇਖਿਆ ਜਾਂਦਾ ਉਹ ਮਾਨਸਿਕ ਤੌਰ 'ਤੇ ਡਿਮੋਰਲਾਈਜੇਸ਼ਨ ਜਿਹੜੀ ਹੁੰਦੀ ਹੈ ਉਹ ਬਹੁਤ
ਜੋ ਆਮ ਤੌਰ ਤੇ ਬੱਚਿਆਂ ਦੇ ਵਿੱਚ ਹੀਣ ਭਾਵਨਾ ਵੀ ਪੈਦਾ ਕਰ ਦਿੰਦੀ ਆ, ਇੱਕ ਇਨਫੈਰੀਟੀ ਕੰਪਲੈਕਸ ਵੀ ਪੈਦਾ ਕਰ ਦਿੰਦੀ, ਜਦੋਂ ਇੱਕ ਬੱਚਾ ਦੇਖਦਾ ਆ ਵੀ ਉਹ ਪਰਿਵਾਰ ਕਿੰਨੇ ਸੋਹਣੇ ਕੱਪੜੇ ਲੈ ਕੇ ਆਇਆ ਹੈਗਾ, ਸੋਹਣਾ ਬੈਗ ਆ ਉਹਦੇ ਕੋਲ, ਸਾਰੀ ਚੀਜ਼ ਆ, ਉਹ ਕੰਪੈਰੀਜ਼ਨ ਕਰਦਾ ਫਿਰ, ਮੇਰਾ ਪਿਆ ਜੀ ਬਾਹਰ ਹੁੰਦਾ ਤੇ ਮੇਰੀ ਵੀ ਸ਼ਾਇਦ। ਹਾਂਜੀ ਭਾਈ ਸਾਹਿਬ ਜੀ। ਹਾਂਜੀ, ਉਹ ਜੇ ਬੁਲਿੰਗ ਜਿਹੜਾ ਹੁਣ ਦੇਖਦੇ, ਜਿੱਦਾਂ ਭਾਈ ਸਾਹਿਬ ਨੂੰ ਕਹਿ ਦਿੰਦੇ ਹੈਗੇ ਇੱਕ ਦੂਸਰੇ ਨਾਲ, ਆਪਾਂ ਸਾਰੇ ਇਹ ਨਹੀਂ ਕਿ ਸਿਆਣੇ ਹੀ ਆ, ਬੱਚੇ ਵੀ ਚਾਹੁੰਦੇ ਆ ਕਿ ਮੈਂ ਵੀ ਬੱਚੇ ਬਾਕੀ ਬੱਚਿਆਂ ਦੇ ਬਰਾਬਰ ਹੋਏ, ਮੇਰੇ ਕੋਲ ਚੀਜ਼ਾਂ ਦੀ ਮਿਲਣੀ ਚਾਹੀਦੀ, ਉਹ ਵੀ ਚਾਹੁੰਦੇ, ਉਹਨਾਂ ਦੇ ਵੀ ਅਕਸਰ ਸੁਪਨੇ ਹੈਗੇ ਕੋਈ ਨਾ ਕੋਈ, ਦੇਖੋ ਦੇਖੀ ਫਿਰ ਆਪਾਂ ਵੀ ਚਾਹੁੰਦੇ ਵੀ ਅਸੀਂ ਕਿਸੇ ਨੂੰ ਘੱਟ ਨਹੀਂ ਜੀ, ਤੇ ਉਹ ਜਿਹੜੀ ਉਹਨਾਂ ਦੀ ਖਾਹਿਸ਼ ਹੁੰਦੀ ਉਹ ਪੂਰੀ ਨਾ ਹੁੰਦੀ ਦੇਖ ਕੇ, ਉਹ ਬੱਚਾ ਕਈ ਵਾਰੀ ਉਹਦਾ ਕਈ ਵਾਰੀ ਕੀ ਬੱਚੇ ਦਾ ਮਨ ਪੜ੍ਹਾਈ 'ਚ ਲੱਗ ਹੀ ਨਹੀਂ ਸਕਦਾ ਫਿਰ। ਹਾਂਜੀ, ਉਹ ਜਦੋਂ ਉਹ ਕਿੰਨਾ ਉਹਨਾਂ ਦੇ ਇਸ ਚੀਜ਼ ਨੂੰ ਡੈਮੇਜ ਕਰਦਾ, ਤੇ ਉਹ ਜਿਹੜੀ ਉਹ ਲੋਸ ਹੁੰਦਾ ਉਹਦਾ ਕੋਈ ਭਰਪਾਈ ਨਹੀਂ ਕਰ ਸਕਦਾ ਜੀ। ਮੇਰੇ ਖਿਆਲ ਨਾਲ ਇੱਥੇ ਇਹ ਵੀ ਬਲਬੀਰ ਸਿੰਘ ਜੀ ਆ ਜਾਂਦੀ ਦਿਮਾਗ ਦੇ ਵਿੱਚ ਬੱਚੇ ਦੇ ਵੀ, ਜਿਸ ਕੌਮ ਦੇ ਲਈ ਮੇਰਾ ਪਿਓ ਅੰਦਰ ਗਿਆ ਹੋਇਆ, ਉਹ ਕੌਮ ਅੱਜ ਮੇਰੇ ਪਿਓ ਦਾ ਹਾਲ ਵੀ ਨਹੀਂ ਪੁੱਛ ਰਹੀ ਜਾਂ ਸਾਡਾ ਹਾਲ ਨਹੀਂ ਪੁੱਛ ਰਹੀ, ਮੈਂ ਇਸੀ ਕੌਮ ਦੇ ਲਈ ਕੱਲ ਨੂੰ ਕਿਉਂ ਖੜਾ ਹੋਵਾਂ। ਵੀ ਠੀਕ ਆ, ਆਪਾਂ ਇਹਦੇ ਵਿੱਚ ਸਿੱਖ ਜੇ ਮਤ ਦੇਖੀਏ ਤੇ ਆਪਾਂ ਨੂੰ ਇਹ ਜ਼ਰੂਰ ਕਿਹਾ ਜਾਂਦਾ ਵੀ ਸਿੱਖ ਨੇ ਇਹ ਜਿਹੜੇ ਦੁੱਖ ਸੁੱਖ ਹੈ ਇਹਦੇ ਵੱਲ ਧਿਆਨ ਨਹੀਂ ਦੇਣਾ, ਪਰ ਇੱਕ ਬੱਚਾ ਉਸਨੂੰ ਸਮਝਾਉਣਾ ਨਹੀਂ ਬਹੁਤ ਜ਼ਰੂਰੀ ਆ, ਸਿਰਫ ਸਮਝਾਉਣਾ ਹੀ ਨਹੀਂ, ਉਹਨੂੰ ਆਪਣਾ ਬਣਾ ਕੇ ਜੋ ਅਸੀਂ ਆਪਣੇ ਬੱਚੇ ਲਈ ਕਰਦੇ ਹਾਂ ਉਹ ਕਰਨਾ ਇੱਕ ਬਹੁਤ ਜ਼ਰੂਰੀ ਬਣ ਜਾਂਦਾ। ਇਸ ਮੈਂ ਤੁਹਾਨੂੰ ਇੱਕ ਇਗਜ਼ਾਮਪਲ ਦਿੰਦਾ ਵੀ ਜਿੱਥੇ ਅਸੀਂ ਉਹਨਾਂ ਦੀ ਪੜ੍ਹਾਈਆਂ ਕਰਾਉਂਦੇ ਹਾਂ, ਜਿੱਥੇ ਉਹਨਾਂ ਨੂੰ ਹਰ ਚੀਜ਼ ਸਹੂਲਤ ਦਿੰਦੇ ਹਾਂ, ਉੱਥੇ ਕਈ ਵਾਰੀ ਸਾਨੂੰ ਬਾਹਰ ਵੀ ਲੈ ਕੇ ਜਾਂਦੇ ਹਾਂ ਵੀ ਆਓ ਤੁਹਾਨੂੰ ਘੁਮਾਉਣ ਫਿਰਨ ਲੱਗ ਜਾਈ ਆ, ਕਿਉਂਕਿ ਇੱਕ ਬਾਪ ਨੇ ਉਹ ਨਿਭਾਉਣਾ ਸੀ। ਹਾਂਜੀ, ਹੁਣ ਉਹ ਹੈ ਨਹੀਂ, ਹੁਣ ਅਸੀਂ ਹਾਂ, ਅਸੀਂ ਕਈ ਵਾਰ ਉਹਨਾਂ ਨੂੰ ਕਿਤੇ ਦਿਖਾਲਣ ਲਈ, ਕਿਤੇ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਸ਼ਹਿਰਾਂ ਦੇ ਵਿੱਚ ਕਿਤੇ ਸਾਈਟ ਸੀਇੰਗ ਲੈ ਜਾਂਦੇ ਹਾਂ, ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਜੇ ਅੱਜ ਮੇਰਾ ਪਿਤਾ ਹੁੰਦਾ ਤਾਂ ਸ਼ਾਇਦ ਮੈਂ ਵੀ ਇਹ ਟੂਰ ਕਰਦਾ, ਮੈਂ ਵੀ ਇਸ ਸਹੂਲਤ ਜਿਹੜੀ ਮੈਨੂੰ ਵੀ ਪ੍ਰਾਪਤ ਹੁੰਦੀ, ਮੈਂ ਵੀ ਕਿਤੇ ਜਾ ਕੇ ਇਸ ਸਮਾਂ ਸੋਹਣਾ ਬਤੀਤ ਕਰਦਾ। ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਕਿ ਉਹਨਾਂ ਨੂੰ ਕੱਪੜੇ ਲੈ ਕੇ ਦੇਣੇ ਵੀ ਤੁਹਾਨੂੰ, ਹੁਣ ਚਲੋ ਆਪਾਂ ਸ਼ੋਪਿੰਗ ਚੱਲਦੇ ਹਾਂ, ਦੱਸੋ ਤੁਹਾਨੂੰ ਕੀ ਚਾਹੀਦਾ ਆ, ਉਹਨਾਂ ਮੁਤਾਬਕ ਚੀਜ਼ ਲੈ ਕੇ ਦੇਣੀ, ਤਾਂ ਕਿ ਉਹ ਇੱਕ ਹੀਣਤਾ ਵਾਲੀ ਚੀਜ਼ ਨਾ, ਘਾਟ ਨਾ ਮਹਿਸੂਸ ਕਰਨ। ਜ਼ਰੂਰੀ ਆ, ਕਿਉਂਕਿ ਅਸੀਂ ਕਈ ਵਾਰੀ ਦੇਖਿਆ ਬੱਚੇ ਕੁਛ ਕਹਿੰਦੇ ਨੇ, ਖਾਸ ਕਰਕੇ ਪੰਜਾਬ ਦੇ ਬੱਚੇ, ਹਾਂਜੀ, ਉਹਨਾਂ ਦਾ ਉਹਨੇ ਉਹਨੂੰ ਸਿੱਖਿਆ ਇਹ ਤਰ੍ਹਾਂ ਦਿੰਦੀ ਵੀ ਕੋਈ ਨਹੀਂ ਕੌੜਾ ਘੁੱਟ ਪੀ ਲੈਣਾ, ਅੱਧੀ ਖਾ ਲੈਣੀ ਆ, ਪਰ ਕਹਿਣਾ ਨਹੀਂ ਅਸੀਂ ਕੁਛ, ਹਾਂਜੀ। ਅਤੇ ਕਈ ਵਾਰੀ ਕਈ ਬੱਚੇ ਜਾਣੀ ਕਿ ਜਦੋਂ ਉਸ ਮਾਨਸਿਕ ਸਥਿਤੀ ਦੇ ਨਾਲ ਰਾਤ ਨੂੰ ਆਪਣੇ ਬੈੱਡ 'ਤੇ ਜਾ ਕੇ ਸੌਂਦੇ ਨੇ, ਤੁਸੀਂ ਸਮਝ ਸਕਦੇ ਹੋ ਵੀ ਉਹ ਕਿੰਨੇ ਅਥਰੂ ਲੈ ਕੇ ਉਹ ਆਪਣੇ ਇੱਕ ਰਾਤ ਦੀ ਆਪਣੀ ਪਤਨੀ ਕਿੰਨੀ ਵਾਰੀ ਜਾਗਦੇ ਨੇ, ਕਿੰਨੀ ਵਾਰੀ ਉਹ ਮਨ ਦੇ ਵਿੱਚ ਖਿਆਲ ਆ ਮੈਂਟਲੀ ਡਿਸਟਰਬ ਕਿੰਨੀ। ਹਾਂਜੀ ਬਿਲਕੁਲ ਜੀ, ਸੋ ਬਹੁਤ ਜ਼ਰੂਰੀ ਹੈ ਜੀ ਜੀ ਬਿਲਕੁਲ ਜੀ। ਅਖੀਰਲੇ ਇੱਕ ਮਿੰਟ ਵਿੱਚ ਕੀ ਕਹਿਣਾ ਚਾਹੋਗੇ ਸ਼ਕਤੀ ਬੋਲ? ਮੈਂ ਸਾਰੇ ਸੰਗਤ ਦਾ ਜਿਹੜੀ ਸਪੋਰਟ ਕਰਦੀ ਉਹਨਾਂ ਦਾ ਧੰਨਵਾਦ ਕਰਦਾ, ਪਲੱਸ ਜਿਹੜੇ ਆਪਣੇ ਸਾਡੇ ਵੁਲਵਰਹੈਂਪਟਨ ਦੇ ਵਿੱਚੋਂ ਮਾਤਾ ਭਾਗ ਕੌਰ ਦੇ ਜੱਥੇ ਦੀਆਂ ਬੀਬੀਆਂ ਜਿਹੜੀ ਉਹ ਬਹੁਤ ਵੱਧ ਚੜ੍ਹ ਕੇ ਸਾਡੀ ਨਾਲ ਸਪੋਰਟ ਕਰਦੀਆਂ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਅੱਗੇ ਤੋਂ ਵੀ ਇਹੀ ਬੇਨਤੀ ਕਰਦਾ ਵੀ ਜਿੰਨਾ ਵੀ ਹੋ ਸਕੇ ਤੁਸੀਂ ਜ਼ਰੂਰ ਅੱਗੇ ਸਾਡੇ ਨਾਲ ਜੁੜੇ ਰਹਿਣਾ। ਬਲਬੀਰ ਸਿੰਘ ਜੀ, ਹਾਂਜੀ, ਮੈਂ ਇੱਕ ਜ਼ੋਰ ਲਾਸਟ ਬੇਨਤੀ ਕਰਨੀ ਆ ਸੰਗਤਾਂ ਨੂੰ, ਸਾਧ ਸੰਗਤ ਜੀ, ਜਿਵੇਂ ਤੁਹਾਨੂੰ ਬੱਚਿਆਂ ਬਾਰੇ ਗੱਲ ਕੀਤੀ ਆ, ਪ੍ਰਿਜ਼ਨਰ ਦੇ ਬੱਚੇ, ਇਸੇ ਤਰ੍ਹਾਂ ਇੱਕ ਬੱਚੇ ਦੋ ਸਾਡੇ ਹਨ ਜਿਨ੍ਹਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਆ, ਇਹਨਾਂ ਨੂੰ ਯੂਨੀਫੋਰਮ ਚਾਹੀਦਾ ਹੈਗਾ, ਕਿਤਾਬਾਂ ਚਾਹੀਦੀਆਂ, ਬਸਤੇ ਚਾਹੀਦੇ ਆ, ਔਰ ਜੇ ਕੋਈ ਪਰਿਵਾਰ ਇਹਨਾਂ ਨੂੰ ਸਪੋਂਸਰ ਕਰ ਸਕਦਾ ਆ, ਉਹਨਾਂ ਦੀ ਐਜੂਕੇਸ਼ਨ 10-15 ਪਾਉਂਡ ਜੋ ਵੀ ਤੁਸੀਂ ਕਰ ਸਕਦੇ ਹਾਂ, ਅਸੀਂ ਬਹੁਤ ਧੰਨਵਾਦੀ ਹੋਵਾਂਗੇ। ਬੱਚਿਆਂ ਦੀ ਫੋਟੋ ਤੁਸੀਂ ਦੇਖ ਸਕਦੇ, ਬੜੇ ਗਰੀਬ ਪਰਿਵਾਰ ਦੇ ਇਹਨਾਂ ਦੇ ਜੋ ਗ੍ਰੈਂਡਫਾਦਰ ਸਨ ਉਹ ਜੂਨ 1984 ਵਿੱਚ ਧਰਮੀ ਫੌਜੀ ਦੇ ਹੁਣ ਦੇ ਨਾਤੇ ਉਹ ਅੱਜ ਹੈ ਨਹੀਂ ਗਏ ਜੀ। ਉਹਨਾਂ ਨੇ 10 ਸਾਲ ਸਜ਼ਾ ਵੀ ਕੱਟੀ ਸੀ, ਲੇਕਿਨ ਸਜ਼ਾ ਕੱਟ ਕੇ ਬਾਹਰ ਆਏ ਅਤੇ ਅੱਜ ਰੋਡ ਐਕਸੀਡੈਂਟ ਹੋ ਕੇ ਹੋ ਗਏ, ਉਸ ਚੜ੍ਹਾਈ ਕਰ ਗਏ ਸੀ, ਕਾਲ ਚੜ੍ਹਾ ਕਰ ਗਏ ਸੀਗੇ। ਅੱਜ ਇਹ ਬੱਚਿਆਂ ਦੀ ਲੋੜ ਹੈ, ਮੈਂ ਇਹੀ ਬੇਨਤੀ ਕਰਾਂਗਾ ਜਿੱਥੇ ਤੁਸੀਂ ਸਾਨੂੰ ਇੰਨੀ ਸੇਵਾ ਦਿੰਦੇ ਹਾਂ, ਤੁਸੀਂ ਬੱਚਿਆਂ ਦੀ ਵੀ ਤੁਸੀਂ ਸੰਗਤ ਨੇ ਕਰਨੀ ਆ, ਸੋ ਚਰਨਾਂ 'ਚ ਬੇਨਤੀ ਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਂ ਤਾਂ ਇੰਨਾ ਹੀ ਕਹਾਂਗਾ। ਬਿਲਕੁਲ ਜੀ, ਸਿੱਖ ਰਿਲੀਫ ਬਾਰੇ ਅੱਜ ਵੀ ਆਪਾਂ ਡਿਸਕਸ ਕੀਤਾ, ਹਰ ਹਫ਼ਤੇ ਆਪਾਂ ਡਿਸਕਸ ਕਰਦੇ ਹਾਂ, ਜੋ ਵੀ ਪ੍ਰਾਪਤੀਆਂ ਕੀਤੀਆਂ ਗਈਆਂ ਉਹ ਲਗਭਗ ਸਾਰੀਆਂ ਤੁਹਾਡੇ ਸਾਹਮਣੇ ਲਿਆਂਦੀਆਂ ਜਾਂਦੀਆਂ, ਜੋ ਨਹੀਂ ਵੀ ਲਿਆਂਦੀਆਂ ਜਾਂਦੀਆਂ ਉਹ ਅਗਲੇ ਫਿਊਚਰ ਪ੍ਰੋਜੈਕਟ ਨੇ ਉਹਦੇ ਬਾਰੇ ਦੱਸਿਆ ਵੀ ਜਾਂਦਾ, ਉਹਦੇ ਬਾਰੇ ਆਪਾਂ ਗੱਲਬਾਤ ਵੀ ਕਰਦੇ ਹਾਂ। ਇਸ ਲਈ ਬੇਨਤੀ ਇਹੀ ਅਖੀਰ ਦੇ ਉੱਤੇ ਕਿ ਵੱਧ ਚੜ੍ਹ ਕੇ ਆਪਾਂ ਇਹਨਾਂ ਇਹਨਾਂ ਚੀਜ਼ਾਂ ਦੇ ਵਿੱਚ, ਇਹਨਾਂ ਪ੍ਰੋਜੈਕਟਸ ਦੇ ਵਿੱਚ ਹਿੱਸਾ ਪਾਈਏ, ਕਿਉਂਕਿ
ਕਿਉਂਕਿ ਜੋ ਵੀ ਪਰਿਵਾਰ ਨੇ ਜੋ ਵੀ ਜੀ ਨੇ ਉਹ ਸਾਰੇ ਆਪਣੇ ਹੀ ਨੇ ਇਸ ਲਈ ਆਪਣਾ ਸਮਝ ਕੇ ਉਹਨਾਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਆਪਾਂ ਨੂੰ ਤੇ ਸਕਰੀਨ ਦੇ ਉੱਤੇ ਆ ਰਹੇ ਤੁਹਾਡੇ ਅਕਾਊਂਟ ਨੰਬਰ ਉਹਦੇ ਵਿੱਚ ਤੁਸੀਂ ਵੀ ਆਪਣਾ ਹਿੱਸਾ ਪਾ ਸਕਦੇ ਹੋ ਜਾਂ ਵੈਬਸਾਈਟ ਵੀ ਆ ਰਹੀ ਹੈ ਸਿੱਖ ਰਿਲੀਫ ਦੀ ਉਹਦੇ ਤੇ ਵੀ ਜਾ ਕੇ ਤੁਸੀਂ ਡੋਨੇਸ਼ਨ ਦੇ ਸਕਦੇ ਹੋ।